सर साडा सानू ठेका अलाउड किया गया सी मंडी बोर्ड मार्केट कमेटी मंडी बोर्ड वालों इहदे विच की हुंदा वी सर जो आप पार्टीसपेट करते हैं उहदे विच अपनियां फर्मां लगदियां जी ठीक है जी। ये अज एक गल ये नाले कल कह रहा है भी साडे डॉक्यूमेंट गलत आ जे डॉक्यूमेंट गलत आ ते जदों असीं डॉक्यूमेंट गलत किया जे आपां कुछ भी अज तो बाद पासपोर्ट बनाउने आ कुछ भी बनाउने आ उहदे विच डॉक्यूमेंटां तों पहले आधार कार्ड दी सारयां दी वैरीफाई हुंदी आ जे डॉक्यूमेंटां दी वैरीफाई नहीं होई सानूं लिस्टमेंट 2024 दी क्यों करती ਉਹ ਵੀ ਕਰਤੀ ਸਾਨੂੰ ਉਸ ਤੋਂ ਬਾਅਦ ਠੇਕਾ ਵੀ ਅਲਾਊਡ ਕਰਤਾ ਸਰਕਾਰ ਨੇ ਉਸ ਤੋਂ ਬਾਅਦ ਸਾਨੂੰ ਕਹਿੰਦੇ ਵੀ ਸਾਡਾ ਡਾਕੂਮੈਂਟ ਗਲਤ ਆ ਤੇ ਉਦੋਂ ਡਾਕੂਮੈਂਟ ਕਿੱਥੇ ਸੀਗਾ ਉਹੀ GM ਹੈ ਇਹਨਾਂ ਦੇ ਉਹੀ ਸਾਰਾ ਕੁਝ ਹੈ ਨਾ ਮੰਡੀ ਬੋਰਡ ਤੇ ਸਾਨੂੰ ਤੇ ਕੁਝ ਨਹੀਂ ਜਾਣਦਾ ਕਿਉਂਕਿ ਮੈਂ ਮੰਡੀ ਬੋਰਡ ਦੇ ਵਿੱਚ ਪਹਿਲੀ ਵਾਰੀ ਆਇਆ ਕਹਿੰਦੇ ਤੁਹਾਨੂੰ ਠੇਕਾ ਮਿਲ ਗਿਆ ਉਸ ਤੋਂ ਬਾਅਦ ਤੁਸੀਂ ਤੁਹਾਡੇ ਵੱਲੋਂ ਕਿਸੇ ਗੈਂਗਸਟਰ ਦੇ ਕੋਲੋਂ ਉਸ ਨੂੰ ਧਮਕੀਆਂ ਦਵਾਈਆਂ ਸਰ ਸਾਡੇ ਕੋਲੇ ਕਿਸੇ ਗੈਂਗਸਟਰ ਦਾ ਕੋਈ ਲਿੰਕ ਨਹੀਂ ਸਾਡੇ ਨਾਲ ਜੀ ਠੀਕ ਹੈ ਜੀ ਹਾਂ ਕਿਤੇ ਪਾਰਟਿਸਿਪੇਟ ਕਰਦੇ ਆ ਜ਼ਰੂਰ ਇੱਕ ਦੂਜੇ ਦੀਆਂ ਫੋਟੋਆਂ ਜੋ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀਆਂ ਵਾ ਜਿਸ ਤਰ੍ਹਾਂ ਅਸੀਂ ਸਾਡੀ ਫੋਟੋ ਉਹਨਾਂ ਦੇ ਨਾਲ ਆ ਉਹਨਾਂ ਦੀ ਫੋਟੋ ਵੀ ਬਾਈ ਨੇਮ ਉਹਨਾਂ ਦੇ ਨਾਲ ਆ ਉਹਨਾਂ ਦੀ ਛੱਡੋ ਜਿਨ੍ਹਾਂ ਦੇ ਇਲਜ਼ਾਮ ਲਾਉਣ ਦੇ ਉਹਨਾਂ ਦੇ ਨਾਲ 2 ਦਿਨ ਪਹਿਲਾਂ ਖਲੋਤੇ ਆ ਤੇ ਉਹ ਕਹਿਣ ਦੇ ਆ ਉਹ ਕਹਿਣ ਦੇ ਵੀ ਸਾਨੂੰ ਹਰਾਸਮੈਂਟ ਕੀਤਾ ਜਾਂਦਾ ਕੀ ਕੀਤਾ ਹਰਾਸਮੈਂਟ ਦਾ ਤੁਸੀਂ ਸਾਨੂੰ ਕੀਤਾ ਪਿਆ ਸਾਡੇ ਕੋਲੇ ਠੇਕਾ ਵੀ ਹੋਣ ਦੇ ਬਾਵਜੂਦ ਵੀ ਅਸੀਂ ਲਾ ਲਓ ਵੀ ਤਰਲਿਆਂ ਤੇ ਆਏ ਆ ਸਾਡੀ ਫਰਮ ਦਾ ਨਾਮ ਸਰ ਮੰਗਲਜੀਤ ਸਿੰਘ ਆ ਜਿਹੜੀ ਬਿਨਾਂ ਕਸੂਰ ਤੋਂ ਨਾ ਸਾਡਾ ਮੰਡੀ ਬੋਰਡ ਤੋਂ ਕੋਈ 10 ਰੁਪਏ ਦਾ ਲੈਣ ਦੇਣਾ ਨਾ ਅਸੀਂ ਕਿਸੇ ਦੇ 10 ਰੁਪਏ ਦੇਣਦਾਰ ਆ ਮੰਡੀ ਤੁਹਾਡੇ ਤੇ ਮਾਮਲੇ ਵੀ ਕੁਝ ਦਰਜ ਹੈਗੇ ਸਰ ਮੇਰੇ ਤੇ ਮਾਮਲੇ ਦਰਜ ਨਹੀਂ ਹੈ ਉਹ ਉਹਨਾਂ ਦੇ ਸੱਜਣ ਦੇ ਮਾਮਲੇ ਦਰਜ ਆ ਜੋ 3 ਸਾਲ ਤੋਂ ਉਹਨਾਂ ਦੇ ਨਾਲ ਠੇਕੇ ਚਲਾ ਰਿਹਾ ਸੀ ਮੰਡੀ ਬੋਰਡ ਦੇ ਠੀਕ ਆ ਜੀ ਬਲਬੀਰ ਸਿੰਘ ਸੋਨੂੰ ਮੇਰੇ ਤੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆ ਮੇਰਾ ਸਿਰਫ ਬਿਲਕੁਲ ਤੋਂ ਬਿਲਕੁਲ ਸਾਫ਼ ਰਿਕਾਰਡ ਹੈ ਜੀ ਮੇਰਾ ਕੋਈ ਮੈਂ ਕਾਰੋਬਾਰੀ ਆ ਬੰਦਾ ਬਿਜ਼ਨਸਮੈਨ ਆ ਬੰਦਾ ਵਾਂ ਜੀ ਕਹਿੰਦੇ ਇੰਨਾ ਉੱਥੇ ਰੇਟ ਹੈ ਨਹੀਂ ਸੀ ਜਿੰਨਾ ਤੁਸੀਂ ਟੈਂਡਰ ਭਾਸ਼ਾ ਸਰ ਉੱਥੇ ਰੇਟ ਕਿਉਂ ਨਹੀਂ ਹੈਗਾ ਸੀਗਾ ਰੇਟ ਇਹਨਾਂ ਨੇ ਜਦੋਂ ਮਾਰਕੀਟ ਕਮੇਟੀ ਸੈਕਟਰੀ ਦੇ ਨਾਲ ਰਲ ਕੇ ਠੇਕਾ ਭਰਦੇ ਆ ਉੱਥੇ ਰੈਵਨਿਊ ਤੇ ਵਧਾਉਣਾ ਨਹੀਂ ਰੈਵਨਿਊ ਤੇ ਸਰਕਾਰ ਦਾ ਵਧਾਉਣਾ ਅਸੀਂ ਵਧਾਉਣਾ ਸਾਨੂੰ ਪਤਾ ਵੀ ਉੱਥੇ ਜੇ ਆਪਾਂ ਉੱਥੇ 5 ਕਰੋੜ 17 ਲੱਖ ਭਰਿਆ ਸਾਨੂੰ ਪਤਾ ਉੱਥੇ 6-7 ਕਰੋੜ ਹੀ ਇਕੱਠਾ ਕਰ ਸਕਾਂਗੇ ਤਾਂ ਹੀ ਭਰਿਆ ਨਾ ਅਸੀਂ ਸਰਕਾਰ ਦਾ ਵੀ ਪੂਰਾ ਕਰਕੇ ਅਸੀਂ ਆਪਣਾ ਘਰ ਵੀ ਪੂਰਾ ਕਰਨਾ ਇਹ ਤਾਂ 2-2.5 ਕਰੋੜ ਰੁਪਈਆ ਲੈ ਕੇ ਆਪਣੇ ਘਰ ਜਾਂਦਾ ਇਹਨੂੰ ਪੁੱਛੋ ਵੀ ਜਿਹੜੀਆਂ ਗੱਡੀਆਂ ਲੈ ਲਈਆਂ ਇੱਕ ਬਸਤੀ ਦੇ ਵਿੱਚੋਂ ਉੱਠ ਕੇ ਤੂੰ 2 ਸਾਲਾਂ ਦੇ ਵਿੱਚ ਤੂੰ ਗੱਡੀਆਂ ਲੈ ਲਈਆਂ ਤੂੰ ਕੋਠੀਆਂ ਪਾ ਲਈਆਂ ਉਹ ਮਤਲਬ ਤੇਰੀ ਕੀ ਵੀ ਤੂੰ ਉਹਦੇ ਭਰਨ ਜੋਗਾ ਹੈਗਾ ਤੇਰੇ ਕੋਲ ਸਰ ਨਹੀਂ ਉਹਦੇ ਵਿੱਚ ਸਰ ਪਾਰਟਿਸਿਪੇਟ ਕਰਨ ਦੇ ਵਿੱਚ ਫਰਮਾਂ ਆਉਂਦੀਆਂ ਆਨਲਾਈਨ ਟੈਂਡਰ ਹੁੰਦਾ ਆਨਲਾਈਨ ਅਸੀਂ ਤਾਂ ਟੈਂਡਰ ਭਰਿਆ ਸਾਨੂੰ ਇਹ ਗੱਲ ਦਾ ਪਤਾ ਸੀ ਵੀ ਇਹਦੇ ਵਿੱਚ ਸਿਫਾਰਿਸ਼ ਨਹੀਂ ਚੱਲਦੀ ਪਰ ਸਾਨੂੰ ਸਹੀ ਆ ਮੈਂ ਗਲਤ ਆ ਆਪਣੇ ਆਪ ਨੂੰ ਸਮਝਦਾ ਇਹਦੇ ਵਿੱਚ ਜਿੰਨੀ ਸਿਫਾਰਿਸ਼ ਇਹਦੇ ਵਿੱਚ ਚੱਲਦੀ ਆ ਨਾ ਹੋਰ ਕਿਸੇ ਮਹਿਕਮੇ 'ਚ ਸਿਫਾਰਿਸ਼ ਨਹੀਂ ਜੇ ਚੱਲਦੀ ਮੰਡੀ ਬੋਰਡ ਦੇ ਵਿੱਚ ਸਭ ਤੋਂ ਵੱਧ ਸਿਫਾਰਿਸ਼ ਚੱਲਦੀ ਜੇ ਹੱਥਾਂ ਤੋਂ ਹੱਥੇ ਪੈਸੇ ਚੱਲਦੇ ਜੇ ਸੰਜੀਵ ਕੁਮਾਰ 1 ਨੰਬਰ ਦਾ ਡਿਫਾਲਟਰ 1 ਨੰਬਰ ਦਾ ਜੂਏਬਾਜ਼ ਇਹ 1 ਨੰਬਰ ਦਾ ਦੜੇਬਾਜ਼ ਮੈਂ ਕਹਿੰਦਾ BJP ਪਾਰਟੀ ਇੰਟਰਨੈਸ਼ਨਲ ਪਾਰਟੀ ਆ ਬਹੁਤ ਵਧੀਆ ਪਾਰਟੀ ਆ ਇਹੋ ਜਿਹੇ ਕਰਪਟ ਬੰਦੇ ਨੂੰ ਆਪਣੀ ਪਾਰਟੀ ਤੋਂ ਹਟਾਵੇ ਜੇ ਨਹੀਂ ਆ ਅਸੀਂ ਦੂਰ ਹਾਈ ਕਮਾਂਡ ਤੱਕ ਸਿਫਾਰਿਸ਼ ਕਰਾਂਗੇ ਵੀ ਇਹਨੂੰ ਹਟਾਉਣ ਦੀ ਉਸ ਤੋਂ ਬਾਅਦ ਇੱਕ ਇਹਨਾਂ ਵੱਲੋਂ ਜਿਹੜੇ ਅਫਸਰਾਂ ਦੀਆਂ ਪੱਤੀਆਂ ਪਾਈਆਂ ਜਾਂਦੀਆਂ ਨੇ ਅਸੀਂ ਅਜੇ ਉਹਨਾਂ ਦੇ ਨਾਮ ਨਹੀਂ ਲਵਾਂਗੇ ਉਹ ਸਾਨੂੰ ਥ੍ਰੈਟ ਵੀ ਕਰ ਰਹੇ ਸਰ ਸਾਨੂੰ ਥ੍ਰੈਟ ਛੱਡੋ ਸਾਨੂੰ ਸਿੱਧੀਆਂ ਧਮਕੀਆਂ ਦੇ ਰਹੇ ਵੀ ਅਸੀਂ ਕਿਲੋ ਕਿਲੋ ਸਮਾਨ ਪਾ ਕੇ ਅਸੀਂ ਧੱਕ ਦੇਣੇ ਆ ਇਹ ਕੌਣ ਕਹਿੰਦਾ ਜੀ ਇਹ ਸਰ ਇਹਨਾਂ ਦੇ ਅਫਸਰ ਕਹਿ ਰਹੇ ਆ ਜੋ ਸਾਨੂੰ ਮੈਸੇਜ ਲੱਗੇ ਆ ਜੋ ਸਾਨੂੰ ਮੈਸੇਜ ਲੱਗੇ ਆ ਇਹਨਾਂ ਦੇ ਅਫਸਰ ਕਹਿੰਦੇ ਵੀ ਕਿਲੋ ਕਿਲੋ ਸਮਾਨ ਪਾ ਕੇ ਅੰਦਰ ਧੱਕ ਦਾਂਗੇ ਵੀ ਇਹ ਮੈਨੂੰ ਗੱਲ ਦੱਸਣ ਵੀ ਅੱਜ ਦੇ ਸਮੇਂ ਦੇ ਵਿੱਚ ਸਰਕਾਰ ਨੇ ਕਿਹਾ ਵੀ ਕਾਰੋਬਾਰ ਕਰੀਏ ਨੌਜਵਾਨਾਂ ਨੂੰ ਕਾਰੋਬਾਰ ਦਈਏ ਇਹ ਸਾਡੇ ਕੋਲੋਂ ਕਾਰੋਬਾਰ ਖੋਡਾ ਸਾਡੇ ਹੱਥੇ ਸਰਕਾਰ ਮਰ ਗਈ ਅੱਜ ਸਰ ਮੈਂ ਇਸ ਬਿਨਾ ਸਰ ਮੈਂ ਪੂਰੇ ਸਬੂਤ ਲੈ ਕੇ ਪੂਰੇ ਇਨਵੈਸਟੀਗੇਸ਼ਨ ਆਪਣੀ ਕਰਕੇ ਪੂਰੇ ਪ੍ਰੂਫ ਲੈ ਕੇ ਕਿੱਥੇ ਕਿੱਥੇ ਪ੍ਰੋਪਰਟੀ ਆ ਕਿੱਥੇ ਕਿੱਥੇ ਪ੍ਰੋਪਰਟੀ ਬਣਾਈ ਆ ਕਿਹਦੇ ਕਿਹਦੇ ਨਾਂ 'ਤੇ ਬਣਾਈ ਆ ਮੈਂ ਸਾਰੇ ਡਾਕੂਮੈਂਟ ਲੈ ਕੇ DGP ਸਾਹਿਬ ਕੋਲ ਪੰਜਾਬ ਕੋਲ ਪੇਸ਼ ਹੋਊਂਗਾ ਸਰ ਉਹ ਮੇਰਾ ਮੰਡੀ ਬੋਰਡ ਤੋਂ ਜਿਹੜਾ ਟੈਂਡਰ ਅਲਾਊਡ ਹੋਇਆ ਸੀਗਾ ਉਹਨੂੰ ਅਲਾਊਡ ਕਰਕੇ ਸਰ ਹੋਲਡ ਤੇ ਕਰ ਦਿੱਤਾ ਉਹਨੂੰ ਅੱਜ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਮੰਡੀ ਬੋਰਡ ਦੇ ਆ ਉਹ ਚਲਾ ਰਹੇ ਨੇ ਸਰ ਮੈਂ ਉਸ ਸਬੰਧੇ DGP ਸਾਹਿਬ ਨੂੰ ਵੀ ਮਿਲੂੰਗਾ DGP ਭਗਵੰਤ ਮਾਨ ਸਾਹਿਬ ਨੂੰ ਵੀ ਮਿਲੂੰਗਾ ਮੈਂ ਵਿਜੀਲੈਂਸ ਦੇ DGP ਨੂੰ ਵੀ ਮਿਲੂੰਗਾ।